GRP ਵੱਲੋਂ ਰੇਲਵੇ ਸਟੇਸ਼ਨ ਦੀ ਚੈਕਿੰਗ। ਪੁਲਵਾਮਾ ਵਿਖੇ ਬੀਤੇ ਦਿਨੀ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ GRP ਵੱਲੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਵਿਖੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਜੰਮੂ ਤੋਂ ਆਉਣ ਜਾਣ ਵਾਲੀਆਂ ਸਾਰੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਦਕਿ ਸ਼ੱਕੀ ਵਿਅਕਤੀਆਂ ਦਾ ਸਮਾਨ ਵੀ ਚੈੱਕ ਕੀਤਾ ਜਾ ਰਿਹਾ ਹੈ। ਇਸ ਸੰਬੰਧੀ GRP ਬਠਿੰਡਾ ਦੇ ਇੰਚਾਰਜ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਬੈਗ ਜਾਂ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਇਸ ਦੀ ਇਤਲਾਹ GRP ਨੂੰ ਦਿੱਤੀ ਜਾਵੇ। ਬਠਿੰਡਾ ਤੋਂ ਅਜੀਤ ਵੈਬ TV ਲਈ ਨਾਇਬ ਸਿੱਧੂ ਦੀ ਰਿਪੋਰਟ। ਇਹ ਸਰਦਾਰ ਜਸਮਿੰਦਰ ਸਿੰਘ ਜੀ DGP ਸਾਹਿਬ ਰੇਲਵੇ ਸਾਹਿਬ ਬਹਾਦਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਕੱਲ੍ਹ ਦੇ ਹਾਲਾਤ ਨੂੰ ਮੱਦਿਆ ਨਜ਼ਰ ਰੱਖਦੇ ਹੋਏ ਇਹ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ, ਚੈਕਿੰਗ ਵੱਖ-ਵੱਖ ਸਮਿਆਂ 'ਤੇ ਕੀਤੀ ਜਾ ਰਹੀ ਆ ਤੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਕਿ ਅਗਰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਮਿਲਦੀ ਆ ਤਾਂ ਉਹਦੇ ਸੰਬੰਧ 'ਚ ਤੁਰੰਤ ਜਿਹੜੀ ਆ ਪੁਲਿਸ ਨੂੰ ਜਾਂ ਰੇਲਵੇ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਜਾਵੇ ਤਾਂ ਕਿ ਉਹਦੇ ਸੰਬੰਧ ਵਿੱਚ ਤਸਦੀਕ ਕੀਤਾ ਜਾਵੇ। ਤੇ ਇਹ ਜਿਹੜੇ ਪੁਲਵਾਮਾ ਹਮਲਾ ਹੋਇਆ ਵਾ ਉਸ ਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਇੱਕਦਮ ਚੌਕਸੀ ਵਰਤੀ ਜਾ ਰਹੀ ਆ ਤਾਂ ਕਿ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਜੀ।